ਨਜ਼ਦੀਕੀ ਲੋਕਾਂ ਨਾਲ ਗੱਲ ਕਰਾਂ ਤੇ ਵੀਰ ਜੀ ਇਹ ਕਿਧਰੋਂ ਅੱਗ ਲੱਗੀ ਬਈ ਦੱਸਿਓ ਮੜਾ ਜਾ ਪੱਧਰੀ ਵਾਲੀ ਸਾਈਡ ਤੋਂ ਬਾਈ ਕਿਧਰੋਂ ਅੱਗ ਲੱਗ ਗਈ ਅੱਗੇ ਅੱਗੇ ਕੋਈ ਫਾਇਰ ਬ੍ਰਿਗੇਡ ਪਹੁੰਚੀ ਵਾਲੀ ਵਾਲੇ ਤੱਕ ਨਹੀਂ ਵੇਖੋ ਜੀ ਆਹ ਜਿਹੜੀ ਇਹ ਲਾਈਟ ਕਦੋਂ ਦੀ ਅੱਗ ਵੇਖੋ ਉੱਪਰ ਤੱਕ ਲਾਈਟਾਂ ਜਾ ਰਹੀਆਂ ਧੂੰਆਂ ਜਾ ਰਿਹਾ ਹੁਣ ਸੈਟੇਲਾਈਟ ਨੂੰ ਕੁਛ ਨਹੀਂ ਦਿਸਦਾ ਜਦੋਂ ਸਾਡੇ ਕਿਸਾਨ ਭਰਾ ਅੱਗ ਲਾਉਂਦੇ ਨੇ ਪਰਾਲੀ ਨੂੰ ਉਸ ਟਾਈਮ ਉਹ ਸੈਟੇਲਾਈਟ 'ਤੇ ਮਿੰਟ 'ਚ ਪਤਾ ਲੱਗ ਜਾਂਦਾ ਅੰਮ੍ਰਿਤਸਰ ਬੈਠਿਆਂ ਚੰਡੀਗੜ੍ਹ ਬੈਠਿਆਂ ਨੂੰ ਔਰ ਦੂਜਿਆਂ ਨੂੰ ਜਿਹੜੇ ਦਿੱਲੀ ਬੈਠੇ ਹੋਏ ਆ ਆਖਦੇ ਪੰਜਾਬ ਤੋਂ ਧੂੰਆਂ ਆਉਣਾ ਆਹ ਸੈਟੇਲਾਈਟ ਨੂੰ ਕਿਸੇ ਨੂੰ ਪਤਾ ਲੱਗਾ ਦੇਖ ਲਓ ਮੈਂ ਝੂਮ ਕਰਕੇ ਵਿਖਾਵਾਂ ਵੀ ਵੇਖੋ ਕਿੰਨੇ ਜ਼ੋਰ 'ਚ ਆ ਗਿਆ ਘੱਟੋ ਘੱਟ ਸੈਂਕੜੇ ਹੀ ਏਕੜ ਕਿੰਨੀ ਕੁ ਸੜ ਗਈ ਹੋਵੇ ਅੱਗੇ ਹੁਣ ਤੱਕ ਮੈਂ ਸਥਾਨੀ ਲੋਕਾਂ ਨਾਲ ਗੱਲ ਕਰਾ ਰਿਹਾ ਇਸ ਵਕਤ ਵੀ ਸੈਂਕੜੇ ਹੀ ਕਿੱਲੇ ਏਕੜ ਤੱਕ ਖੜ ਚੁੱਕੀ ਆ ਅਤੇ ਹੁਣ ਫਾਇਰ ਬ੍ਰਿਗੇਡ ਪਹੁੰਚੀ ਜੇ ਕਰੀਬ 3:40 ਦੇ ਫਾਇਰ ਬ੍ਰਿਗੇਡ ਪਹੁੰਚੀ ਮੈਂ ਆਪ ਜੀ ਨੂੰ ਵਿਖਾ ਦੇਵਾਂ ਕਿ ਫਾਇਰ ਬ੍ਰਿਗੇਡ ਜਿਹੜੀ ਹੁਣ ਪਹੁੰਚੀ ਵਾਲੀ ਅਤੇ ਸਾਡੇ ਲਾਗੇ ਵਸਦੇ BSF ਵਾਲਿਆਂ ਨੇ ਦੋ ਗੱਡੀਆਂ ਲਿਆਂਦੀਆਂ ਦੋ ਟੈਂਕਰ BSF ਦੇ ਆਏ ਆ ਆਹ ਦਿਖਾ ਦਈਏ ਮੈਂ ਧੰਨਵਾਦ ਕਰਦਾ ਉਹਨਾਂ BSF ਵਾਲਿਆਂ ਦਾ ਜਿਨ੍ਹਾਂ ਨੇ ਸਾਹਿਬ ਬੜੀ ਮਸਤੈਕੀ ਦੇ ਨਾਲ ਆਣ ਕੇ BSF ਦੇ ਟੈਂਕਰ ਇੱਥੇ ਪਹਿਲਾਂ ਪਹੁੰਚੇ ਨੇ ਫਾਇਰ ਬ੍ਰਿਗੇਡ ਦੀ ਗੱਡੀ ਹਾਲੀ ਹੁਣ ਪਹੁੰਚੀ ਜਾਣੀ ਕਿ ਘੰਟੇ ਡੇਢ ਘੰਟੇ ਬਾਅਦ ਫਾਇਰ ਬ੍ਰਿਗੇਡ ਪਹੁੰਚੀ ਆ ਅਤੇ BSF ਦੇ ਅਧਿਕਾਰੀ ਜਿਹੜੇ ਆ ਮੈਂ ਧੰਨਵਾਦ ਕਰਦਾ ਵਾਂ 144 ਬਟਾਲੀਅਨ CO ਸਾਹਿਬ ਦਾ ਜਿਨ੍ਹਾਂ ਨੇ ਮੈਂ ਮੰਗ ਕੀਤੀ ਵੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਪਾਣੀ ਦੀਆਂ ਗੱਡੀਆਂ ਲਾਗੂ ਹੋਣੀ ਚਾਹੀਦੀਆਂ ਉਸੇ ਟਾਈਮ ਉਹਨਾਂ ਨੇ ਸਾਡੀ ਗਾਜ ਉਠਾਈ ਅਤੇ ਪਾਣੀ ਦੀ ਗੱਡੀ ਸਰ ਤੁਸੀਂ ਕਿੰਨੇ ਵਜੇ ਪਹੁੰਚੇ ਸੀ ਇੱਥੇ ਦੱਸਿਓ ਮਾੜਾ ਜਿਹਾ ਇੱਕ ਘੰਟਾ ਹੋ ਗਿਆ ਨਾ BSF ਵਾਲੇ ਸਥਾਨੀ ਕਿੰਨਾ ਚਿਰ ਹੋ ਗਿਆ ਇਹਨਾਂ ਨੂੰ ਦੱਸਿਓ ਇੱਕ ਘੰਟਾ ਹੋ ਗਿਆ ਨਾ ਅਤੇ ਜਿਹੜੀ ਫਾਇਰ ਬ੍ਰਿਗੇਡ ਗੱਡੀ ਆ ਫਾਇਰ ਬ੍ਰਿਗੇਡ ਗੱਡੀ ਵੇਖੋ ਫਾਇਰ ਬ੍ਰਿਗੇਡ ਦੀ ਗੱਡੀ ਹੁਣ ਪਹੁੰਚੀ ਜੇ ਯਾਨੀ ਕਿ ਪਹਿਲਾਂ ਕੋਈ ਗੱਡੀ ਨਹੀਂ ਪਹੁੰਚੀ BSF ਦੀ ਗੱਡੀ ਪਹੁੰਚੀ ਫਾਇਰ ਬ੍ਰਿਗੇਡ ਦੇ ਅਧਿਕਾਰੀ ਹੁਣ ਪਹੁੰਚੇ ਨੇ ਯਾਨੀ ਕਿ ਘੰਟੇ ਬਾਅਦ ਅਤੇ ਜਦੋਂ ਸਾਡੇ ਪਰਾਲੀ ਨੂੰ ਅਸੀਂ ਅੱਗ ਲਾਉਂਦੇ ਹਾਂ ਅਤੇ ਉਦੋਂ ਫਾਇਰ ਬ੍ਰਿਗੇਡ ਕਿਸ ਤਰ੍ਹਾਂ ਪਹੁੰਚਦੀ ਪਹਿਲਾਂ ਪਹੁੰਚਦੀ ਆ ਆਹ ਤੁਹਾਨੂੰ ਵਿਖਾ ਦਈਏ ਆਹ ਵੇਖ ਲਓ ਕੀ ਹਾਲ ਹੈ ਫਾਇਰ ਬ੍ਰਿਗੇਡ ਦਾ ਮੈਂ ਹੀ ਵਾਰ ਵਾਰ ਮੰਗ ਕਰਦੇ ਮੈਂ ਸਾਨੂੰ ਟਾਰੀ ਏਰੀਏ ਦੇ ਵਿੱਚ ਫਾਇਰ ਬ੍ਰਿਗੇਡ ਚਾਹੀਦੀ ਹੈ ਟਾਰੀ ਏਰੀਏ ਵਿੱਚ ਫਾਇਰ ਬ੍ਰਿਗੇਡ ਕੋਈ ਨਹੀਂ ਹੈਗੀ ਜਦੋਂ ਇਹੋ ਜਿਹੀ ਲੋੜ ਪੈਂਦੀ ਬਾਈ ਦੱਸਿਓ ਫਾਇਰ ਬ੍ਰਿਗੇਡ ਟਾਰੀ ਹੈਗੀ ਆਪਣੇ ਏਰੀਏ ਕੋਈ ਦੱਸਿਓ ਬੜਾ ਹੈ ਨਹੀਂ ਨਹੀਂ ਲੱਗੀ ਹੈਗੀ ਠੀਕ ਹੈ ਆਹ ਵੇਖ ਲਓ ਹਜ਼ਾਰਾਂ ਹੀ ਏਕੜ ਕਣਕ ਸੜ ਕੇ ਨਾੜ ਸੜ ਕੇ ਸਵਾਹ ਹੋ ਚੱਲਿਆ ਆਹ ਵੇਖੋ ਟਾਰੀ ਹਾਈਵੇ ਰੋਡ ਦੇ ਉੱਤੇ ਕਿਸ ਤਰ੍ਹਾਂ ਅੱਗ ਮੱਚੀ ਹੋਈ ਆਹ ਦੇਖ ਲਓ ਸਾਰਾ ਹੀ ਸੜ ਕੇ ਬਾਈ ਜੀ ਇੰਨਾ ਲੇਟ ਕਿਉਂ ਆਏ ਕਾਰਨ ਕੀ ਬਾਈ ਥੋੜ੍ਹਾ ਦੱਸਿਓ ਮੜਿਆ ਵਿਸਤਾਰ ਦਿਓ ਕਿ ਫੋਨ ਲੇਟ ਮਿਲਿਆ ਕੀ ਕਾਰਨ ਕਿੱਥੇ ਲੇਟ ਆਏ ਜਨਾਬ ਅਸੀਂ ਤਾਂ ਅਗਲੇ ਬੰਨੇ ਅੱਗ ਬੁਝਾ ਭਾਈ ਸਾਹਿਬ ਇੱਥੇ ਲਾਉਣਾ ਹਰੇ ਆ ਰਹੇ ਨਾ ਵੇਖੋ ਰੋਡ ਹਾਈਵੇ ਰੋਡ ਹਾਈਵੇ ਰੋਡ ਦੇ ਜਿੱਥੇ ਜਾਨੀ ਨੁਕਸਾਨ ਹੋਰ ਹੋ ਸਕਦਾ ਉੱਥੇ ਵੀ ਸਰ ਅੱਗ ਲੱਗੀ ਉੱਥੋਂ ਬੁਝਾ ਕੇ ਆ ਰਹੇ ਹਾਂ ਵੇਖੋ ਜਦੋਂ ਅਸੀਂ ਵਾਰ ਵਾਰ ਮੰਗ ਕਰਦੇ ਇੱਥੋਂ ਦੇ MP ਸਾਹਿਬ ਨੂੰ MLA ਸਾਹਿਬ ਨੂੰ MLA ਸਾਹਿਬ ਨੂੰ ਮੰਗ ਕਰਦੇ ਹਾਂ ਸਰ ਜਲਦੀ ਲੈ ਜਾਓ ਬੁਝਾ ਕੇ ਉੱਥੇ ਲੈ ਜਾਓ ਗੱਡੀ ਚਲੋ ਜਲਦੀ ਲੈ ਪਲੀਜ਼ ਜਲਦੀ ਥੋੜ੍ਹੀ ਖੜੋ ਮਹਾਰਾਜ ਤੁਸੀਂ ਥੋੜ੍ਹਾ ਕਹੋ ਨਾ ਥੋੜ੍ਹਾ ਜਿਹਾ ਅੱਗੇ ਲੈ ਜਾਣ ਉੱਥੇ ਪਾਣੀ ਚਾਲੂ ਕਰੋ ਬ੍ਰਦਰ ਛੇਤੀ ਕਰੋ ਨਹੀਂ ਤਾਂ ਸਾਰੇ ਘਰ ਨੂੰ ਅੱਗ ਲੱਗ ਜਾਣੀ ਹੈ ਆਹ ਸਰ ਘਰ ਵੇਖੋ ਬਿਲਕੁਲ ਵਿੱਚ ਆ ਜੇਕਰ ਘਰ ਨੂੰ ਅੱਗ ਲੱਗ ਗਈ ਤਾਂ ਕਿੰਨਾ ਨੁਕਸਾਨ ਹੋ ਜਾਣਾ ਵਾ ਠੀਕ ਹੈ ਧੰਨਵਾਦ ਕਰਦੇ ਹਾਂ SHO ਘਰਿੰਡਾ ਜੀ ਦਾ ਜਿਹਨੇ ਦੌਦਾ ਆਪਣੇ ਮੁਲਾਜ਼ਮ ਭੇਜੇ ਨਾਲ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਪਰ ਜਦੋਂ ਅਸੀਂ ਮੰਗ ਕਰਦੇ ਹਾਂ ਅਤੇ ਉਦੋਂ ਵੇਖੋ ਕੋਈ ਸਾਡੀ ਮੰਗ ਦੀ ਸੁਣਵਾਈ ਨਹੀਂ ਕਰਦੇ ਜਦੋਂ ਅਸੀਂ ਕਹਿੰਦੇ ਹਾਂ ਵੀ ਸਾਨੂੰ ਫਾਇਰ ਬ੍ਰਿਗੇਡ ਇੱਥੇ ਚਾਹੀਦੀ ਆ ਉਹ ਅੱਗੇ ਹੱਥ ਲਾਓ ਇਹਦੇ ਪਾਣੀ ਦੇ ਹੱਥ ਲਾਓ ਹੱਥ ਲਾ ਕੇ ਪ੍ਰੈਸ਼ਰ ਬਣਾਓ ਥੋੜ੍ਹਾ ਜਿਹਾ ਆਹ ਦੇਖੋ BSF ਵਾਲੇ ਧੰਨਵਾਦ ਕਰਦੇ ਵਾਰ ਫਿਰ ਜਿਨ੍ਹਾਂ ਨੇ ਆਪਣੀ ਗੱਡੀ ਲਿਆ ਕੇ ਫਿਰ ਹੀ ਪਾਣੀ ਪਾ ਕੇ ਚਾਲੂ ਕਰ ਦਿੱਤਾ ਤਾਂ ਕਿ ਜੋ ਇੱਧਰ ਦੇ ਲੋਕ ਲੰਘ ਰਿਹਾ ਗੱਡੀਆਂ ਵੇਖੋ ਲੰਘ ਰਹੀਆਂ ਜੇਕਰ ਕਿਸੇ ਗੱਡੀ ਨੂੰ ਅੱਗ ਲੱਗ ਜੇ ਰੱਬ ਨਾ ਕਰੇ ਤਾਂ ਕਿੰਨਾ ਵੱਡਾ ਨੁਕਸਾਨ ਹੋਊਗਾ ਆਹ ਦੇਖ ਲਓ ਗੱਡੀਆਂ ਜਾ ਰਹੀਆਂ ਬਾਗੇ ਬਾਰਡਰ ਨੂੰ ਜਾ ਰਹੀਆਂ ਇੱਕ ਬਾਗੇ ਬਾਰਡਰ ਨੂੰ ਰੋਡ ਜਾ ਰਿਹਾ ਜਿਹੜਾ ਰੋਡ ਦੇ ਉੱਪਰ ਆਹ BSF ਦੀ ਗੱਡੀ ਨੇ ਆਣ ਕੇ ਪਾਣੀ ਪਾਉਣਾ ਚਾਲੂ ਕਰਿਆ ਫਾਇਰ ਬ੍ਰਿਗੇਡ ਵਾਲੇ ਨਿੰਮੋ ਝਾਣੇ ਹੋ ਕੇ ਰੋਡ ਦੇ ਉੱਪਰ ਖਲੋਤੇ ਵੇਖੇ ਗਏ ਆ ਅਸੀਂ ਵਾਰ ਵਾਰ ਮੰਗ ਕਰਦੇ ਇਸੇ ਕਰਕੇ ਮੰਗ ਕਰਦੇ ਹਾਂ ਵੀ ਜਿਹੜਾ ਪਾਣੀ ਵਾਲੀਆਂ ਗੱਡੀਆਂ ਸਾਡੀ ਟਾਰੀ ਤਹਿਸੀਲ ਦੇ ਵਿੱਚ ਖਲੋਤੀਆਂ ਚਾਹੀਦੀਆਂ ਸਾਨੂੰ ਜਦੋਂ ਵੀ ਕਿਤੇ ਲੋੜ ਪਵੇ ਐਮਰਜੈਂਸੀ ਆ ਬਾਈ ਭਜਾਈ ਮੋਟਰਸਾਈਕਲ ਥੋੜ੍ਹਾ ਜਿਹਾ ਇੱਕ ਮਿੰਟ ਅੱਗੇ ਤੁਹਾਨੂੰ ਵਿਖਾਉਂਦੇ ਆਹ ਵੇਖੋ ਟਰੈਕਟਰ ਵਾਹ ਕੇ ਤੇ ਆਪਣੀ ਤਿਆਰੀ ਕਰਦੇ ਘਰ ਦਾ ਬਚਾਓ ਕਰ ਰਹੇ ਆਪਣਾ ਘਰ ਵਿੱਚ ਆ ਬਿਲਕੁਲ ਖੇਤਾਂ ਦੇ ਵਿੱਚ ਇਹਦੇ ਘਰ ਦਾ ਬਚਾਓ ਕਰ ਰਹੇ ਨੇ ਆਹ ਫਾਇਰ ਬ੍ਰਿਗੇਡ ਗੱਡੀ ਪਹੁੰਚੀ ਆ ਆਹ ਵੇਖੋ ਆਹ ਵੇਖੋ ਅੱਗ ਲੱਗੀ ਹੋਈ ਆਪ ਜੀ ਨੂੰ ਵਿਖਾ ਰਹੇ ਵੀ ਅੱਗ ਲੱਗੀ ਹੋਈ ਆ ਅਤੇ ਜਿਹੜੇ ਕਿਸਾਨ ਆ
ਕਿਸਾਨ ਆਪਣਾ ਆਹ ਬਚਾ ਕਰਦੇ ਆ, ਵੇਖ ਲਓ ਆਹ ਬਚਾ ਕਰ ਰਹੇ ਕਿਸਾਨ, ਆਹ ਦੇਖ ਲਓ। ਜਦੋਂ ਅਸੀਂ ਵਾਰ ਵਾਰ ਇਹਨਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਵੀ ਸਾਨੂੰ ਜਿਹੜੀ ਗੱਡੀ ਆ ਫਾਇਰ ਬ੍ਰਿਗੇਡ ਦੀ ਇੱਥੇ ਟਾਰੀ ਚਾਹੀਦੀ ਆ, ਜੇਕਰ ਟਾਰੀ ਗੱਡੀ ਹੁੰਦੀ ਤਾਂ ਸਾਡਾ ਕਾਫੀ ਲੋਕਾਂ ਦਾ ਬਚਾਅ ਹੋ ਜਾਣਾ ਸੀਗਾ। ਆਹ ਜਿਹੜੇ ਘਰ ਆ, ਜੇਕਰ ਘਰ ਨੂੰ ਅੱਗ ਪੈ ਜੇ ਤੇ ਇਹਨਾਂ ਬੱਚਿਆਂ ਨੇ ਕਿੱਧਰ ਜਾਣਾ, ਇਹਨੇ ਘਰ ਵਾਲਿਆਂ ਕਿੱਧਰ ਜਾਣਾ, ਦੱਸੋ। ਸਾਡੀਆਂ ਮੰਗਾਂ ਮਾਰ ਮੰਨਦੇ ਹੀ ਨਹੀਂ ਹੈ, ਫਿਰ ਜਦੋਂ ਅਸੀਂ ਕਹਿੰਦੇ ਫਿਰ ਸਾਨੂੰ ਕਹਿੰਦੇ ਆ ਤੁਸੀਂ ਸਾਨੂੰ ਸਵਾਲ ਜਵਾਬ ਕਰਦੇ ਨੇ, ਜਦੋਂ ਕਿਸਾਨ ਇਹਨਾਂ ਸਵਾਲ ਜਵਾਬ ਕਰਦੇ ਨੇ ਤੇ ਫਿਰ ਸਾਡੇ ਤੇ ਉਲਟਾ ਜਾਂਦੇ ਆ ਵੀ ਜਦੋਂ ਅਸੀਂ ਪਿੰਡਾਂ ਵਿੱਚ ਆਉਂਦੇ ਹਾਂ ਬਾਈ ਕਿੰਨੇ ਚਿਰ ਦੀ ਅੱਗ ਲੱਗੀ, ਦੱਸਿਓ ਮਾੜਾ ਜਿਹਾ, ਦੱਸਿਓ ਘੰਟਾ ਵੀ ਅੱਗ ਲੱਗੀ ਨੂੰ, ਆ ਫਾਇਰ ਬ੍ਰਿਗੇਡ ਗੱਡੀ ਕਿੰਨੇ ਚਿਰ ਦੀ ਹੁਣ ਆਈ ਹੈ ਨਾ, ਕਿੰਨੇ ਚਿਰ ਬਾਅਦ, ਘੰਟੇ ਬਾਅਦ ਆਈ ਗੱਡੀ, ਦੱਸਿਓ ਬਾਈ ਕਿੰਨੇ ਚਿਰ ਬਾਅਦ ਗੱਡੀ ਆਈ, 400 ਕਿੱਲਾ ਲੂਸ ਗਿਆ ਨਾੜ ਦਾ ਫੇਰ ਗੱਡੀ ਆਈ ਹੈ। ਅੱਛਾ ਜੀ, ਇਹ ਅੱਗ ਕਿਹੜੇ ਪਾਸਿਓਂ ਆਈ ਹੈ? ਇਧਰਲੇ ਪਾਸੋਂ ਆਈ ਹੈ। ਠੀਕ ਹੈ ਠੀਕ ਹੈ ਠੀਕ ਹੈ, ਧੰਨਵਾਦ। ਆ ਵੇਖੋ ਆਪਣੇ ਸੰਦਾਂ ਦੇ ਨਾਲ ਕਿਸਾਨ ਆਪਣਾ ਬਚਾਅ ਆਪ ਕਰ ਰਹੇ ਨੇ, ਯਾਨੀ ਕਿ ਜਦੋਂ ਅਸੀਂ ਪੁਲਿਸ ਪ੍ਰਸ਼ਾਸਨ ਤੋਂ ਜਾਂ ਕਿਸੇ ਪ੍ਰਸ਼ਾਸਨ ਨੂੰ ਸਵਾਲ ਕਰਦੇ ਹਾਂ ਵੀ ਸਾਡੇ ਟਾਰੀ ਏਰੀਏ ਵਿੱਚ ਫਾਇਰ ਬ੍ਰਿਗੇਡ ਗੱਡੀ ਚਾਹੀਦੀ ਆ, ਫਿਰ ਕਹਿੰਦੇ ਕਿਸਾਨ ਸਾਨੂੰ ਸਵਾਲ ਜਵਾਬ ਕਰਦੇ। ਬਾਈ ਕਿੰਨੇ ਚਿਰ ਦੀ ਅੱਗ ਲੱਗੀ, ਦੱਸਿਓ ਮਾੜਾ ਜਿਹਾ। 2 ਘੰਟੇ ਹੋ ਗਏ ਅੱਗ ਲੱਗੀ ਨੂੰ, ਤੇ ਕੋਈ ਫਾਇਰ ਬ੍ਰਿਗੇਡ ਕਿੰਨੇ ਚਿਰ 'ਚ ਪਹੁੰਚੀ, ਦੱਸਿਓ ਬਾਈ। ਹੁਣ ਆਏ ਨਾਲ ਹੀ, ਘੰਟੇ ਕੁ ਬਾਅਦ ਪਹੁੰਚੀ ਆ। ਆਹ ਜੇ ਘਰ ਆ ਵੇਖੋ, ਕੋਠੀਆਂ ਹਜ਼ਾਰਾਂ ਲੱਖਾਂ ਦੀ ਕੀਮਤਾਂ ਦੇ ਵਿੱਚ ਕੋਠੀਆਂ ਬਣੀਆਂ, ਮਕਾਨ ਵਿੱਚ ਜਿਹੜੇ ਬਣੇ ਆ, ਪੈਲੀਆਂ ਦੇ ਵਿੱਚ ਬਣੇ ਆ, ਜੇਕਰ ਇਹੋ ਘਾਹ ਫੂਸ ਨੂੰ ਅੱਗ ਲੱਗ ਜਾਂਦੀ ਮਕਾਨਾਂ ਦੇ ਵਿੱਚ ਰਹਿੰਦੇ ਪਰਿਵਾਰ ਨੂੰ ਬਹੁਤ ਜ਼ਿਆਦਾ ਖਤਰਾ ਹੁੰਦਾ ਵਾ, ਅਤੇ ਇਹ ਆਪਣਾ ਆਪ ਬੰਦੋਬਸਤ ਕਰਕੇ ਅਤੇ ਆਪਣਾ ਬਚਾਓ ਆਪ ਕਰ ਰਹੇ ਨੇ। ਆਹ ਦੇਖ ਲਓ ਤੁਹਾਡੇ ਸਾਹਮਣੇ ਸਭ ਕੁਝ ਉਹ ਦਿਖਾ ਰਹੇ ਹਾਂ। ਅਤੇ ਜਦੋਂ ਅਸੀਂ ਇਹ ਜਦੋਂ ਸਾਡੇ ਪਿੰਡਾਂ 'ਚ ਵੋਟਾਂ ਮੰਗਣ ਆਉਂਦੇ ਨੇ, ਅਸੀਂ ਸਵਾਲ ਜਵਾਬ ਕਰਦੇ ਹਾਂ, ਅਤੇ ਫਿਰ ਇਹ ਸਾਨੂੰ ਕਹਿੰਦੇ ਸਾਨੂੰ ਸਵਾਲ ਜਵਾਬ ਕਿਉਂ ਕਰਦੇ ਨੇ? ਕਿਸਾਨ ਨੂੰ ਇੱਕ ਅੰਨਦਾਤਾ ਮੰਨਿਆ ਜਾਂਦਾ, ਕਿਸਾਨ ਆਪਣੀਆਂ ਮੰਗਾਂ ਹਰ ਕਿਸਾਨ ਰੱਖਦਾ ਵਾ, ਮੰਡੀ ਦੀ ਸਾਨੂੰ ਪ੍ਰੋਬਲਮ ਹੁੰਦੀ ਆ, ਪਾਣੀ ਦੀ ਸਾਨੂੰ ਪ੍ਰੋਬਲਮ ਹੁੰਦੀ ਆ, ਇਸ ਕਰਕੇ ਮੁੜ ਕੇ ਸਵਾਲ ਆ ਜਵਾਬਾਂ ਦੇ ਭਾਈ ਦੇ ਸਾਡਿਆਂ ਤੋਂ। ਆਹ ਦੇਖ ਲਓ ਜੀ, ਆਪ ਜੀ ਦੇ ਸਾਹਮਣੇ ਕਰ ਰਹੇ ਕਮ ਸੇ ਕਮ 400 ਏਕੜ ਤੋਂ ਜ਼ਿਆਦਾ ਕਣਕ ਜਿਹੜੀ ਪ੍ਰਭਾਵਿਤ ਹੋ ਗਈ ਆ, ਔਰ ਨਾੜ ਨੂੜ ਜਿਹੜਾ ਸਾਰਾ ਸੜ ਗਿਆ ਵਾ। ਹਾਂਜੀ ਸਰ, ਆਪਣਾ ਨਾਮ ਦੱਸੋ। ਕਾਬਲ ਸਿੰਘ ਜੀ ਮਹਾਵਾ। ਹਾਂਜੀ ਸਰ, ਕਿਹੜੀ ਜਗ੍ਹਾ ਅੱਗ ਲੱਗੀ ਹੈ ਤੇ ਕਿੰਨਾ ਕੁ ਨੁਕਸਾਨ ਹੈ? ਆਪਾਂ ਜੀ ਇਸ ਵਕਤ ਖੜੇ ਆ ਢੋਡੀ ਪਿੰਡ ਚ ਆਪਣੇ ਭੰਡਿਆਰਾਂ ਦੇ ਵਿੱਚ। ਆਹ ਜਿਹੜਾ ਮੈਂ ਤੁਹਾਨੂੰ ਰਕਬਾ ਵਿਖਾਉਣ ਡਿਆ ਪਿੱਛੇ ਕੈਮਰੇ ਵਿੱਚ, ਜਿਹਦਾ ਇਹ ਪੱਧਰੀ ਵਾਲੀ ਸਾਈਡ ਤੋਂ ਅੱਗ ਲੱਗ ਗਈ ਸ਼ੋਰਟ ਸਰਕਟ ਹੋਣ ਕਰਕੇ, ਉੱਥੇ ਇਸ ਵਕਤ ਹਾਈਵੇ ਰੋਡ ਦੇ ਉੱਪਰ ਲੱਗੇ ਖੜੇ ਆ। ਕਿੰਨਾ ਕੁ ਨੁਕਸਾਨ ਹੋ ਗਿਆ?
ਨੁਕਸਾਨ ਜੀ ਵੇਖੋ 200 ਤੋਂ 250 ਏਕੜ ਦੇ ਵਿੱਚ ਜਿਹੜਾ ਨਾੜ ਸੀਗਾ 300 ਏਕੜ ਇੰਨਾ ਲਗਭਗ ਵੱਧ ਵੀ ਹੋ ਸਕਦਾ ਵੀ ਹਾਲੇ ਤੱਕ ਦੂਰ ਤੱਕ ਵੇਖੀਏ ਅੱਗੇ ਤੱਕ ਅਸੀਂ ਘੁੰਮਾ ਕੇ ਦੇਖਿਆ ਧੂੰਆਂ ਬਹੁਤ ਜ਼ਿਆਦਾ ਸੀ ਅਤੇ ਪਤਾ ਨਹੀਂ ਲੱਗ ਸਕਿਆ ਪੂਰਾ ਪੱਧਰੀ ਵਾਲੇ ਬੰਨੇ ਜਾਵਾਂਗੇ ਫਿਰ ਪਤਾ ਲੱਗੂ ਵੀ ਕਿੰਨਾ ਕੁ ਹੋ ਜਾਏਗਾ ਵੇਖੋ ਜਾਨੀ ਮਾਨੀ ਨੁਕਸਾਨ ਹੋਣ ਤੋਂ ਬਚ ਗਿਆ ਕੁਦਰਤ ਨੇ ਬਹੁਤ ਬਚਾਅ ਕੀਤਾ ਵਾ ਜਿਸ ਤਰ੍ਹਾਂ ਸਾਡੇ ਟਰੈਕਟਰ ਵਿੱਚ ਰੀਪਰ ਜਿਹੜੇ ਤੂੜੀ ਬਣਾ ਰਹੇ ਸੀਗੇ ਜਦੋਂ ਪਤਾ ਵੀ ਅੱਗ ਲੱਗਣ ਲੱਗੀ ਤਾਂ ਉਹ ਟਰੈਕਟਰ ਇੱਕ ਦੇ ਅੱਗ ਪੈਣ ਲੱਗੀ ਤਾਂ ਉਹਨਾਂ ਦਵਾ ਦਾ ਉੱਤੇ ਮਿੱਟੀ ਦੇ ਬੁੱਕ ਭਰ ਭਰ ਕੇ ਕਈਆਂ ਉਹਨਾਂ ਦੇ ਕੋਲ ਸੀਗੇ ਨੇ ਮਿੱਟੀ ਸੁੱਟੀ ਟਾਇਰਾਂ ਦੇ ਉੱਤੇ ਫਿਰ ਬਚਾਇਆ ਉਹ ਫਿਰ ਟਰੈਕਟਰ ਕੱਢ ਕੇ ਆਪਣੇ ਬਾਹਰੋਂ ਲੈ ਗਏ ਹਾਂ ਪਸ਼ੂ ਡੰਗਰ ਬਚ ਗਏ ਆ ਵੀ ਇਹ ਬਚਾਅ ਇਸ ਕਰਕੇ ਹੋਇਆ ਵੀ ਜਿਹੜੇ ਕਿਸਾਨ ਮੇਰੇ ਨਾਲ ਖੜੇ ਆ ਇਹਨਾਂ ਨੇ ਆਪਣੇ ਟਰੈਕਟਰਾਂ ਦੇ ਮਗਰ ਹੱਲਾਂ ਪਾ ਕੇ ਤਵੀਆਂ ਪਾ ਕੇ ਰੂਟਾਵੀਟਰ ਪਾ ਕੇ ਤੇ ਘਰਾਂ ਦੇ ਲੱਗੇ ਉਹ ਸਾਹਮਣੇ ਘਰ ਨੇ ਉੱਠੀਆਂ ਉਹਦੇ ਘੇਰੇ ਘੇਰੇ ਚੱਕਰ ਲਾਏ ਟਰੈਕਟਰਾਂ ਦੇ ਨਾਲ ਤੇ ਫਿਰ ਹੀ ਅੱਗ ਦਾ ਬਚਾਅ ਹੋਇਆ ਜਿਹੜੀ ਘਰਾਂ 'ਚ ਨਹੀਂ ਵੜੀ ਸਰਕਾਰ ਨੂੰ ਅਸੀਂ ਤੇ ਇਹ ਦੱਸਣਾ ਚਾਹੁੰਦੇ ਹਾਂ ਵੀ ਜਦੋਂ ਅਸੀਂ ਪਰਾਲੀ ਨੂੰ ਅੱਗ ਕਿਸਾਨ ਸਾਡਾ ਲਾਉਂਦਾ ਵੀ ਜਿਉਂ ਕੋਈ ਪੱਠੇ ਪੁੱਠੇ ਬੀਜਣੇ ਦੇ ਆ ਤੇ ਫਿਰ ਤਾਂ ਸੈਟੇਲਾਈਟ ਬੜੀ ਛੇਤੀ ਦੱਸ ਦਿੰਦਾ ਵੀ ਅੱਗ ਫਲਾਣੀ ਜਗ੍ਹਾ ਲੱਗੀ ਹੈ ਪਿੰਡ ਅੱਗ ਲੱਗੀ ਹੈ ਜਦੋਂ ਇਹੋ ਜਿਹਾ 250-300 ਏਕੜ ਨਾੜ ਸਾਡਾ ਜਿਹੜਾ ਸੜ ਗਿਆ 3000 ਦੇ ਕਰੀਬ ਟਰਾਲੀ ਇੱਕ ਵਿਕਦੀ ਆ ਉਹ ਸਾਰਾ ਸੜ ਕੇ ਤਬਾਹ ਹੋ ਗਿਆ ਤੇ ਹੁਣ ਸੈਟੇਲਾਈਟ ਦਿਸਿਆ ਨੀਗਾ ਅੱਜ ਤੇ ਫਾਇਰ ਬ੍ਰਿਗੇਡ ਪਹੁੰਚੀ ਨਹੀਂ ਜੇ ਫਾਇਰ ਬ੍ਰਿਗੇਡ ਆਈ ਆ ਤਾਂ 3:40 ਤੇ ਆਈ ਆ ਜੀ ਅੱਗ ਲੱਗੀ ਆ 2:02-2:10 ਦੇ ਕਰੀਬ ਅੱਗ ਲੱਗੀ ਇਧਰੋਂ ਪੱਧਰੀ ਵਾਲੀ ਸਾਈਡ ਤੋਂ ਆਈ ਆ ਤੇ ਇਧਰੋਂ ਆਉਂਦੀ ਹੁੰਦੀ ਗਾਂਹ ਹਵਾ ਦੇ ਕਾਰਨ ਚਾਲੀ ਤੇਜ਼ ਸੀਗੀ ਜੇਕਰ ਸਾਡੇ ਕਿਸਾਨ ਆਪਣੇ ਸਪਰੇ ਵਾਲੇ ਪੰਪਾਂ ਦੇ ਨਾਂ ਪ੍ਰਯੋਗ ਕਰਦੇ ਤੇ ਹੋ ਸਕਦਾ ਘਰਾਂ ਵਿੱਚ ਵੀ ਅੱਗ ਲੱਗ ਜਾਂਦੀ ਮਾਲ ਡੰਗਰ ਜਿਹੜੇ ਉੱਥੇ ਉਹ ਹੀ ਸੜ ਜਾਂਦੀਆਂ ਮੱਝਾਂ ਸਾਡੀਆਂ ਹਾਂਜੀ ਪਾਪਾ ਨਾਂ ਕੀ ਆਪਣਾ ਹਰਦਿਆਰ ਸਿੰਘ ਕਿਹੜਾ ਪਿੰਡ ਕੀ ਪਿੰਡਿਆਰ ਪਾਪਾ ਕੀ ਗੱਲ ਹੈ ਸਾਰੀ ਇਹ ਬੱਤੀ ਨਾਲ ਲੱਗੀ ਅੱਗ ਕਿੰਨੀ ਕੁ ਪੈਲੀ ਭਾਈ ਠੇਕੇ ਲਈ ਕੋ ਆਪਣੀ ਆ ਕਿੰਨੀ ਜਗ੍ਹਾ ਨੂੰ ਅੱਗ ਲੱਗੀ ਟੋਟਲ ਉਦਾਂ ਤਾਂ ਬੜੀ ਲੱਗੀ ਸਾਡਾ ਲੱਗ ਗਿਆ 5 ਕਿਲੇ ਥਾਂ ਅੱਛਾ 5 ਕਿਲੇ ਲੁੱਟ ਗਿਆ ਕੋਈ ਜਾਨੀ ਮੰਨੀ ਨੁਕਸਾਨ ਤਾਂ ਨਹੀਂ ਆਇਆ ਨਹੀਂ ਨਾਲ ਲੁੱਟਿਆ 10-10 ਹਜ਼ਾਰ ਦੀ ਤੂੜੀ ਲੁੱਟੀ 250 ਕਿਲਾ ਸੀਗਾ ਜਿਹੜਾ 250 ਕਿਲਾ 5 ਕਿਲੇ ਸਾਡੇ ਆ ਠੇਕੇ ਲਈ ਆ 60,000 ਰੁਪਏ ਦਾ ਠੇਕਾ ਕੀ ਮੰਗ ਕਰਦੇ ਸਰਕਾਰ ਨੂੰ ਮੰਗ ਕੇ 10-10 ਹਜ਼ਾਰ ਦੀ ਤੂੜੀ ਹੁਣ ਨਾਸ ਹੋ ਗਈ ਆ ਤੇ ਕੋਈ ਟਰੈਕਟਰ ਬਚਾ ਰਹੇ ਆ ਟਰੈਕਟਰ ਦਾ ਬਚਾ ਹੀ ਆ ਡੰਗਰ ਟੁਕਰ ਦਾ ਬਚਾ ਰਹੇ ਡੰਗਰ ਦਾ ਬਚਾ ਤੂੜੀ ਲੁੱਟ ਗਈ ਆ 5 ਕਿਲੇ ਕਾਫੀ ਨੁਕਸਾਨ ਹੋ ਗਿਆ ਹਾਂ